ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮਾਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵਾਂ ਡਿਜ਼ਾਈਨ ਲੈ ਕੇ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਜਿਹਾ ਡਿਜ਼ਾਈਨ ਲੈ ਕੇ ਆਈਆਂ ਇਸੇ ਡਿਜ਼ਾਈਨ ਨੂੰ ਤੁਸੀਂ ਲੇਡੀਜ਼ ਕੋਟੀ ਤੇ ਬੱਚਿਆਂ ਦੀ ਕੋਟੀ ਤੇ ਕਿਤੇ ਵੀ ਪਾ ਸਕਦੇ ਜੇ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਤੇ ਡਿਜ਼ਾਈਨ ਨੂੰ ਬਣਾਉਣ ਵਾਸਤੇ 12 ਦੇ ਹਿਸਾਬ ਨਾਲ ਕੁੰਡੇ ਪਾਵਾਂਗੇ 12-12 ਦੇ ਹਿਸਾਬ ਨਾਲ ਕੁੰਡੇ ਪਾ ਕੇ ਸਿਰਫ ਇੱਕ ਕੁੰਡਾ ਸਾਈਡ ਤੇ ਵਾਧੂ ਪਾਉਣਾ ਹੈ ਤੇ ਡਿਜ਼ਾਈਨ ਜਿਹੜਾ ਬਿਲਕੁਲ ਪੂਰਾ ਆ ਜਾਏਗਾ ਤੇ ਮੈਂ ਇੱਥੇ 25 ਗੁੰਡੇ ਪਾਏ ਨੇ 12-12 ਦਾ ਹਿਸਾਬ ਨਾਲ 24 ਤੇ ਇੱਕ ਗੁੰਡਾ ਸਾਈਡ ਤੇ ਵਾਧੂ ਪਾਇਆ ਹੋਇਆ ਹੈ ਤੇ ਹੁਣ ਆਪਾਂ ਡਿਜ਼ਾਈਨ ਜਿਹੜਾ ਬਣਾਉਣਾ ਸ਼ੁਰੂ ਕਰਦੇ ਹਾਂ ਡਿਜ਼ਾਈਨ ਬਣਾਉਣ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਹੀ ਆਏ ਜੇ ਵੀਡੀਓ ਪਹਿਲੀ ਵਾਰ ਹੀ ਦੇਖ ਰਹੇ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਵੀ ਕਰਨਾ ਤੇ ਨਾਲੇ ਵੱਧ ਤੋਂ ਵੱਧ ਕਮੈਂਟ ਕਰਕੇ ਆਪਣੀ رائے ਜਿਹੜੀ ਉਹ ਜ਼ਰੂਰ ਦੱਸਿਆ ਕਰੋ ਤੇ ਨਾਲ ਹੀ ਇਹ ਵੀ ਦੱਸਿਆ ਕਰੋ ਕਿ ਤੁਸੀਂ ਸਾਡੀ ਵੀਡੀਓ ਜਿਹੜੀ ਕਿੱਥੋਂ ਵੇਖ ਰਹੇ ਜੇ ਜਿਹੜਾ ਵੀ ਮੈਨੂੰ ਇੱਕ ਕਮੈਂਟ ਕਰੇਗਾ ਜਿਹੜਾ ਮੇਰੀ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਕਮੈਂਟ ਕਰੇਗਾ ਉਸ ਦਾ ਕਮੈਂਟ ਮੈਂ ਜ਼ਰੂਰ ਰੀਡ ਕਰਾਂਗੀ ਤੇ ਨਾਲ ਉਹਦਾ ਸਪੈਸ਼ਲ ਜਿਹੜਾ ਧੰਨਵਾਦ ਵੀ ਕਰਾਂਗੇ ਹੁਣ ਆਪਾਂ ਡਿਜ਼ਾਈਨ ਜਿਹੜਾ ਬਣਾਉਣਾ ਸ਼ੁਰੂ ਕਰਦੇ ਹਾਂ ਮੈਂ ਥੱਲੇ ਡਿਜ਼ਾਈਨ ਬਣਾਇਆ ਹੋਇਆ ਹੈ ਇਸੇ ਤਰ੍ਹਾਂ ਡਿਜ਼ਾਈਨ ਜਿਹੜਾ ਮੈਂ ਤੁਹਾਨੂੰ ਅੱਗੇ ਬਣਾ ਕੇ ਬਿਕਾਵਾਂਗੇ ਸਿੱਧੀ ਸਾਈਡ ਤੋਂ ਡਿਜ਼ਾਈਨ ਸ਼ੁਰੂ ਹੋਏਗਾ ਤੇ 8 ਸਲਾਈਆਂ ਦਾ ਟੋਟਲ ਇਹ ਡਿਜ਼ਾਈਨ ਹੈ 8 ਸਲਾਈਆਂ ਵਿੱਚ ਬਣ ਕੇ ਰੈਡੀ ਹੋ ਜਾਏਗਾ ਪਹਿਲਾ ਕੁੰਡਾ ਆਪਾਂ ਉਤਾਰ ਲਿਆ ਉਸ ਤੋਂ ਬਾਅਦ ਧਾਗਾ ਅੱਗੇ ਕਰਾਂਗੇ ਇੱਕ ਕੁੰਡਾ ਉਲਟਾ ਬਣਾਵਾਂਗੇ ਹੁਣ ਧਾਗਾ ਪਿੱਛੇ ਕਰਾਂਗੇ ਤਿੰਨ ਕੁੰਡਿਆਂ ਤੋਂ ਆਪਾਂ ਇੱਕ ਕੁੰਡਾ ਕਰਨਾ ਐਂ ਵੇਖੋ ਇਸ ਤਰ੍ਹਾਂ ਕਰਕੇ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਆਪਾਂ ਕਰਾਂਗੇ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰ ਲਿਆ ਹੁਣ ਧਾਗਾ ਅੱਗੇ ਕਰਾਂਗੇ ਤੇ ਇੱਕ ਕੁੰਡਾ ਸਿੱਧਾ ਬਣਾਵਾਂਗੇ ਇੱਕ ਇੱਥੇ ਪੈ ਗਈ ਜਾਲੀ ਫੇਰ ਧਾਗਾ ਅੱਗੇ ਕਰਾਂਗੇ ਫੇਰ ਦੂਜਾ ਕੁੰਡਾ ਸਿੱਧਾ ਬਣਾਵਾਂਗੇ ਫੇਰ ਜਾਲੀ ਪੈ ਗਈਆਂ ਵੇਖੋ 1 2 ਤੇ ਫੇਰ ਤਿੰਨ ਜਾਲੀਆਂ ਪੈ ਗਈਆਂ ਸਾਡੀਆਂ ਹੁਣ ਅਸੀਂ ਧਾਗਾ ਆਪਣੀ ਵਾਲੀ ਸਾਈਡ ਕਰ ਲੈਣਾ ਇੱਥੇ ਇੱਕ ਚੌਥੀ ਜਾਲੀ ਫੇਰ ਪਾਉਣੀ ਆ ਵੇਖੋ ਇਹ ਕੁੰਡਾ ਜਿਹੜਾ ਇਹਨੂੰ ਆਪਾਂ ਉਲਟਾ ਕੇ ਇੱਧਰ ਵਾਲੀ ਸਾਈਡ ਨੂੰ ਕਰ ਲੈਣਾ ਤੇ ਫੇਰ ਆਪਾਂ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਇਹ ਧਾਗਾ ਸਾਡਾ ਜਿਹੜਾ ਇੱਧਰ ਵਾਲੀ ਸਾਈਡ ਰਹੇਗਾ ਵਿੱਚ ਜਿਹੜੀ ਇੱਕ ਜਾਲੀ ਪੈ ਜਾਏਗੀ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰ ਦਿੱਤਾ ਹੁਣ ਧਾਗਾ ਅੱਗੇ ਕਰਾਂਗੇ ਇੱਕ ਕੁੰਡਾ ਉਲਟਾ ਬਣਾ ਲਿਆ ਇਹ ਹੀ 12 ਕੁੰਡੇ ਜਿਹੜੇ ਅਸੀਂ बार-बार ਰਿਪੀਟ ਕਰਦੇ ਜਾਣਾ ਹੁਣ ਫੇਰ ਵੇਖੋ ਇੱਥੇ ਆਪਾਂ ਸਟਾਰਟਿੰਗ ਦਾ ਆਪਾਂ ਇੱਕ ਕੁੰਡਾ ਉਤਾਰ ਲਿਆ ਸੀ ਦੇ ਇੱਕ ਉਲਟਾ ਬਣਾਇਆ ਸੀ ਇੱਥੇ ਆਪਾਂ ਦੋ ਕੁੰਡੇ ਉਲਟੇ ਬਣਾਵਾਂਗੇ ਦੋ ਕੁੰਡੇ ਉਲਟੇ ਬਣਾ ਲੇ ਫਿਰ ਧਾਗਾ ਪਿੱਛੇ ਕਰਾਂਗੇ ਫਿਰ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਇਸ ਤਰ੍ਹਾਂ ਸਿੱਧਾ ਬੁਣਦੇ ਹੋਏ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰਤਾ ਫਿਰ ਧਾਗਾ ਅੱਗੇ ਕਰਾਂਗੇ ਤੇ ਜਾਲੀ ਪਾਉਂਦੇ ਹੋਏ ਇੱਕ ਕੁੰਡਾ ਆਉਣਾਂਗੇ ਆ ਵਿੱਚ ਇੱਕ ਜਾਲੀ ਪੈ ਗਈ ਸਾਡੀ ਇੱਕ ਜਾਲੀ ਪੈ ਗਈ ਫਿਰ ਧਾਗਾ ਅੱਗੇ ਕਰਾਂਗੇ ਫਿਰ ਸਿੱਧਾ ਕੁੰਡਾ ਆਉਣਾਂਗੇ ਫਿਰ ਦੂਸਰੀ ਜਾਲੀ ਪੈ ਗਈ ਫਿਰ ਧਾਗਾ ਅੱਗੇ ਕਰਾਂਗੇ ਤੇ ਸਿੱਧਾ ਕੁੰਡਾ ਬਣਾਵਾਂਗੇ ਇਹ ਤੀਸਰੀ ਜਾਲੀ ਪੈ ਗਈ ਹੁਣ ਜਦੋਂ ਅਸੀਂ ਚੌਥੀ ਜਾਲੀ ਪਾਉਣੀ ਆ ਧਾਗਾ ਆਪਣੀ ਵਾਲੀ ਸਾਈਡ ਕਰਕੇ ਇਹ ਵਾਲੇ ਕੁੰਡੇ ਨੂੰ ਆਪਾਂ ਉਤਾਰ ਕੇ ਇੱਧਰ ਵਾਲੀ ਸਾਈਡ ਕਰ ਲੈਣਾ ਵਾ ਤੇ ਤਿੰਨ ਕੁੰਡਿਆਂ ਨੂੰ ਅਸੀਂ ਬੈਕ ਲੂਪ ਦੇ ਨਾਲ ਇਕੱਠੇ ਹੰਦਣਾ ਐ ਵੇਖੋ ਆ ਧਾਗਾ ਇੱਧਰ ਹੀ ਆ ਜਦੋਂ ਧਾਗਾ ਇੱਧਰ ਹੋਏਗਾ ਤੇ ਅਸੀਂ ਸਿੱਧਾ ਬਣਾਵਾਂਗੇ ਤੇ ਵਿੱਚ ਇੱਕ ਜਾਲੀ ਪੈ ਜੇਗੀ ਜਿਹੜੇ ਅਸੀਂ ਦੋ ਕੁੰਡੇ ਇਧਰੋਂ ਘਟਾਏ ਆ ਤੇ ਦੋ ਕੁੰਡੇ ਇਧਰੋਂ ਘਟਾਏ ਆ ਉਹ ਵਿੱਚ ਆਪਾਂ ਚਾਰ ਜਾਲੀਆਂ ਪਾਲੀਆਂ ਵੇਖੋ 1 2 ਤਿੰਨ ਤੇ ਚਾਰ ਜਾਲੀਆਂ ਪੈ ਗਈਆਂ ਦੋ ਸਾਡੇ ਚਾਰ ਹੀ ਕੁੰਡੇ ਘਟੇ ਸੀ ਚਾਰ ਅਸੀਂ ਜਾਲੀਆਂ ਪਾਲੀਆਂ ਹੁਣ ਦੋ ਕੁੰਡੇ ਉਲਟੇ ਬਣਾਵਾਂਗੇ ਪਹਿਲੀ ਸਲਾਈ ਬਣ ਗਈ ਡਿਜ਼ਾਈਨ ਦੀ ਹੁਣ ਅਸੀਂ ਆ ਗਏ ਆ ਡਿਜ਼ਾਈਨ ਦੀ ਦੂਸਰੀ ਸਲਾਈ ਤੇ ਪਹਿਲਾ ਕੁੰਡਾ ਉਤਾਰ ਲਿਆ ਅਗਲਾ ਕੁੰਡਾ ਜਿਹੜਾ ਉਹਨੂੰ ਸਿੱਧਾ ਬਣਾ ਲਾਂਗੇ ਫਿਰ ਤਾਂ ਅੱਗਾ ਆਪਣੀ ਵਾਲੀ ਸਾਈਡ ਕਰਾਂਗੇ ਨੌ ਕੁੰਡੇ ਉਲਟੇ ਬਣਾਉਣੇ ਆ ਇੱਕ 2 3 4 5 6 7 8 ਤੇ 9 9 ਗੁੰਡੇ ਉਲਟੇ ਬਣਾ ਲੈ ਧਾਗਾ ਪਿੱਛੇ ਕਰਾਂਗੇ 3 ਗੁੰਡੇ ਸਿੱਧੇ ਬਣਾਵਾਂਗੇ 1 2 3 ਜਿਹੜੇ ਉਧਰ ਵਾਲੀ ਸਾਈਡ ਤੋਂ ਅਸੀਂ ਉਲਟੇ ਗੁੰਡੇ ਬਣਾਏ ਸੀ ਇਧਰੋਂ ਸਿੱਧੇ ਬਣਨਗੇ ਜਿਹੜੇ ਉਧਰੋਂ ਸਿੱਧੇ ਬਣਾਏ ਇਧਰੋਂ ਉਲਟੇ ਬਣਨਗੇ ਉਹ ਨੋ ਕੁੰਡੇ ਉਲਟੇ 1 2 3 4 5 6 7 8 9 ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਸਿੱਧੇ ਬਣਾ ਲਾਂਗੇ ਦੂਸਰੀ ਸਲਾਈ ਬਣ ਗਈ ਡਿਜ਼ਾਈਨ ਦੀ ਹੁਣ ਅਸੀਂ ਆ ਗਏ ਹਾਂ ਡਿਜ਼ਾਈਨ ਦੀ ਤੀਸਰੀ ਸਲਾਈ ਤੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਇੱਕ ਕੁੰਡਾ ਉਲਟਾ ਹੁਣ ਧਾਗਾ ਪਿੱਛੇ ਕਰਾਂਗੇ ਨੌ ਕੁੰਡੇ ਸਿੱਧੇ ਬਣਾਵਾਂਗੇ 1 2 3 4 5 6 7 8 ਤੇ 9 ਇਸ ਵਾਰ ਕੋਈ ਵੀ ਜਾਲੀ ਨਹੀਂ ਬਣੇਗੀ ਉਲਟੇ ਸਿੱਧੇ ਕੁੰਡੇ ਬਣਨਗੇ ਫਿਰ ਤਿੰਨ ਕੁੰਡੇ ਉਲਟੇ 2 3 ਫਿਰ ਧਾਗਾ ਪਿੱਛੇ ਨੌ ਕੁੰਡੇ ਸਿੱਧੇ 1 2 3 4 5 6 7 8 9 ਧਾਗਾ ਆਪਣੀ ਵਾਲੀ ਸਾਈਡ ਦੋ ਗੁੰਡੇ ਉਲਟੇ ਤੀਸਰੀ ਸਲਾਈ ਬਣ ਗਈ ਹੁਣ ਅਸੀਂ ਆ ਗਏ ਆ ਡਿਜ਼ਾਈਨ ਦੀ ਚੌਥੀ ਸਲਾਈ ਤੇ ਚੌਥੀ ਸਲਾਈ ਬਿਲਕੁਲ ਦੂਸਰੀ ਸਲਾਈ ਦੀ ਤਰ੍ਹਾਂ ਬਣੇਗੀ ਪਹਿਲਾ ਗੁੰਡਾ ਉਤਾਰ ਲਿਆ ਫਿਰ ਇੱਕ ਗੁੰਡਾ ਸਿੱਧਾ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਨੌ ਗੁੰਡੇ ਉਲਟੇ 2 3 4 5 6 7 8 9 ਧਾਗਾ ਪਿੱਛੇ ਤਿੰਨ ਕੁੰਡੇ ਸਿੱਦੇ ਧਾਗਾ ਆਪਣੀ ਵਾਲੀ ਸਾਈਡ ਨੌ ਕੁੰਡੇ ਉਲਟੇ ਬਹੁਤ ਸੋਖਾ ਜਿਹਾ ਡਿਜ਼ਾਈਨ ਹੈ 8 ਸਲਾਈਆਂ ਦਾ ਟੋਟਲ ਡਿਜ਼ਾਈਨ ਹੈ ਚਾਰ ਸਲਾਈਆਂ ਸਾਡੀਆਂ ਬਣ ਗਈਆਂ ਨੇ ਚਾਰ ਸਲਾਈਆਂ ਸੀ ਹੋਰ ਬਣਾਵਾਂਗੇ ਤੇ ਡਿਜ਼ਾਈਨ ਸਾਡਾ ਜਿਹੜਾ ਕੰਪਲੀਟ ਹੋ ਜਾਏਗਾ ਚਾਰ ਸਲਾਈਆਂ ਬਣ ਗਈਆਂ ਹੁਣ ਅਸੀਂ ਆ ਗਏ ਆ ਡਿਜ਼ਾਈਨ ਦੀ ਪੰਜਵੀਂ ਸਲਾਈ ਤੇ ਪੈਲਾ ਕੁੰਡਾ ਸੀ ਉਤਾਰ ਲੈਣਾ ਹੁਣ ਧਾਗਾ ਆਪਣੀ ਵਾਲੀ ਸਾਈਡ ਹੀ ਰੱਖਣਾ ਆ ਤੇ ਇੱਥੇ ਇੱਕ ਜਾਲੀ ਪਾ ਦੇਣੀ ਆ ਵੇਖੋ ਐਂਜ ਕਰਕੇ ਸਟਾਰਟਿੰਗ ਤੇ ਹੀ ਆਪਾਂ ਇੱਕ ਜਾਲੀ ਪਾ ਦੇਣੀ ਆ ਫੇਰ ਧਾਗਾ ਆਪਣੀ ਵਾਲੀ ਸਾਈਡ ਕਰਨਾ ਆ ਫੇਰ ਇਹ ਜਿਹੜਾ ਕੁੰਡਾ ਆ ਇਹਨੂੰ ਐਸ ਪਾਸੇ ਨੂੰ ਪਾ ਲੈਣਾ ਵਾ ਤੇ ਧਾਗਾ ਆਪਣੀ ਵਾਲੀ ਸਾਈਡ ਰੱਖਣਾ ਫਿਰ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਇੱਥੇ ਆਪਾਂ ਦੋ ਜਾਲੀਆਂ ਪਾਈਆਂ ਵੇਖੋ ਪਹਿਲਾਂ ਸਟਾਰਟਿੰਗ ਤੇ ਇੱਕ ਜਾਲੀ ਪਾ ਲਈ ਆ ਇੱਕ ਫੇਰ ਜਾਲੀ ਪਾ ਲਈ ਆ ਫਿਰ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕੀਤਾ ਜਦੋਂ ਆਪਾਂ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕੀਤਾ ਸਾਡੇ ਦੋ ਕੁੰਡੇ ਜਿਹੜੇ ਉਹ ਕੱਟ ਗਏ ਨੇ ਹੁਣ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਇਹ ਤਿੰਨ ਕੁੰਡੇ ਉਲਟੇ ਬਣਾਵਾਂਗੇ 1 2 3 ਤਿੰਨ ਕੁੰਡੇ ਉਲਟੇ ਬਣਾ ਲੈ ਧਾਗਾ ਪਿੱਛੇ ਕਰਾਂਗੇ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਇਸ ਤਰ੍ਹਾਂ ਸਿੱਧਾ ਬੁੰਨਦੇ ਹੋਏ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰ ਲਿਆ ਹੁਣ ਅਸੀਂ ਚਾਰ ਜਾਲੀਆਂ ਪਾਉਣੀਆਂ 1 2 3 ਤੇ ਇਹ ਚੌਥੀ ਵਾਰੀ ਜਦੋਂ ਅਸੀਂ ਜਾਲੀ ਪਾਉਣੀ ਆ ਧਾਗਾ ਆਪਣੀ ਵਾਲੀ ਸਾਈਡ ਕਰਕੇ ਇਹ ਵਾਲੇ ਕੁੰਡੇ ਨੂੰ ਇੱਧਰ ਵਾਲੀ ਸਾਈਡ ਨੂੰ ਪਾ ਲੈਣਾ ਵਾ ਤੇ ਨਾਲ ਹੀ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਤੇ ਨਾਲ ਹੀ ਸਾਡੀ ਜਾਲੀ ਵੀ ਪੈ ਜਾਏਗੀ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰਤਾ ਚਾਰ ਅਸੀਂ ਜਾਲੀਆਂ ਪਾਲੀਆਂ ਹੁਣ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਤਿੰਨ ਕੁੰਡੇ ਉਲਟੇ ਦੋ ਇਹਨਾਂ ਧਾਗਾ ਪਿੱਛੇ ਕਰਾਂਗੇ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰ ਦਵਾਂਗੇ ਸਿੱਧਾ ਬੁੰਦੇ ਹੋਏ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਇੱਕ ਕੁੰਡਾ ਸਿੱਧਾ ਬਣਾਵਾਂਗੇ ਤੇ ਇੱਥੇ ਇੱਕ ਜਾਲੀ ਪੈਗੀ ਫਿਰ ਧਾਗਾ ਆਪਣੇ ਵਾਲੀ ਸਾਈਡ ਕਰਾਂਗੇ ਲਾਸਟ ਵਾਲਾ ਕੁੰਡਾ ਸਿੱਧਾ ਬਣਾਵਾਂਗੇ ਤੇ ਇੱਕ ਜਾਲੀ ਪੈਗੀ ਹੁਣ ਆ ਗਏ ਆ ਡਿਜ਼ਾਈਨ ਦੀ ਆਪਾਂ ਛੇਵੀਂ ਸਲਾਈ ਤੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਤਿੰਨ ਗੁੰਡੇ ਉਲਟੇ 1 2 3 ਉਲਟੇ ਧਾਗਾ ਪਿੱਛੇ ਕਰਾਂਗੇ ਤਿੰਨ ਗੁੰਡੇ ਸਿੱਧੇ ਸੌਰੀ ਇੱਥੇ ਚਾਰ ਗੁੰਡੇ ਉਲਟੇ ਹੋਣਗੇ ਚਾਰ ਗੁੰਡੇ ਉਲਟੇ ਧਾਗਾ ਪਿੱਛੇ ਤਿੰਨ ਗੁੰਡੇ ਸਿੱਧੇ 1 2 3 ਧਾਗਾ ਆਪਣੀ ਵਾਲੀ ਸਾਈਡ ਨੌ ਗੁੰਡੇ ਉਲਟੇ 1 2 3 4 5 6 7 8 9 نو الٹے ਧਾਗਾ ਪਿੱਛੇ ਤਿੰਨ ਗੁੰਡੇ ਸਿੱਦੇ 1 2 3 ਧਾਗਾ ਆਪਣੀ ਵਾਲੀ ਸਾਈਡ ਚਾਰ ਗੁੰਡੇ ਉਲਟੇ 1 2 3 4 ਉਲਟੇ ਤੇ ਐਗਜ਼ਿਟ ਜਿਹੜਾ ਇਹਨੂੰ ਵੀ ਆਪਾਂ ਉਲਟਾ ਹੀ ਬਣਾ ਲੈਣਾ ਛੇਵੇਂ ਸਲਾਈ ਬਣ ਗਈ ਡਿਜ਼ਾਈਨ ਦੀ ਹੁਣ ਆ ਗਿਆ ਸੱਤਵੇਂ ਸਲਾਈ ਤੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਚਾਰ ਕੁੰਡੇ ਸਿੱਧੇ 1 2 3 4 ਧਾਗਾ ਆਪਣੀ ਵਾਲੀ ਸਾਈਡ ਤਿੰਨ ਕੁੰਡੇ ਉਲਟੇ ਧਾਗਾ ਪਿੱਛੇ ਨੌ ਕੁੰਡੇ ਸਿੱਧੇ 1 2 3 4 5 6 7 8 ਉਹ ਧਾਗਾ ਆਪਣੀ ਵਾਲੀ ਸਾਈਡ ਤਿੰਨ ਕੁੰਡੇ ਉਲਟੇ ਧਾਗਾ ਪਿੱਛੇ ਚਾਰ ਕੁੰਡੇ ਸਿੱਧੇ 1 2 3 4 ਐਗਜ਼ਿਟ ਜਿਹੜਾ ਉਹਨੂੰ ਵੀ ਸਿੱਧਾ ਬਣਾ ਲਾਂਗੇ ਸੱਤ ਸਲਾਈਆਂ ਬਣ ਗਈਆਂ ਹੁਣ ਆ ਗਏ ਅੱਠਵੀਂ ਸਲਾਈ ਤੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਚਾਰ ਕੁੰਡੇ ਉਲਟੇ 1 2 3 4 ਉਲਟੇ ਧਾਗਾ ਪਿੱਛੇ ਤਿੰਨ ਸਿੱਧੇ 1 2 ਤੇ 3 ਧਾਗਾ ਆਪਣੀ ਵਾਲੀ ਸਾਈਡ 9 ਕੁੰਡੇ ਉਲਟੇ 1 2 3 4 5 6 7 8 ਤੇ 9 ਧਾਗਾ ਪਿੱਛੇ 3 ਕੁੰਡੇ ਸਿੱਧੇ 1 2 3 ਧਾਗਾ ਆਪਣੀ ਵਾਲੀ ਸਾਈਡ 4 ਕੁੰਡੇ ਉਲਟੇ 1 2 3 ਚਾਰ ਲਾਸਟ ਵਾਲਾ ਵੀ ਉਲਟਾ ਅੱਠ ਸਲਾਈਆਂ ਸਾਡੀਆਂ ਬਣ ਗਈਆਂ ਵੇਖੋ ਡਿਜ਼ਾਈਨ ਉਲਟੇ ਪਾਸੇ ਤੋਂ ਵੀ ਬਹੁਤ ਹੀ ਸੋਹਣਾ ਲੱਗਦਾ ਆ ਤੇ ਸਿੱਧੇ ਪਾਸੇ ਤੋਂ ਡਿਜ਼ਾਈਨ ਜਿਹੜਾ ਇਸ ਤਰ੍ਹਾਂ ਲੱਗਦਾ ਆ ਬਹੁਤ ਹੀ ਪਿਆਰਾ ਡਿਜ਼ਾਈਨ ਆ ਉੱਪਰ ਉੱਪਰ ਬਣਿਆ ਆ ਹ ਤੁਸੀਂ ਇਸ ਨੂੰ ਬੱਚਿਆਂ ਦੀ ਕੋਟੀ ਤੇ ਵੀ ਬਣਾ ਸਕਦੇ ਜੇ ਤੇ ਲੇਡੀਜ਼ ਕੋਟੀ ਤੇ ਵੀ ਬਣਾ ਸਕਦੇ ਜੇ ਅੱਜ ਮੇਰੀ ਭੈਣ ਨੇ ਕਮੈਂਟ ਕੀਤਾ ਸੀ ਉਹਨਾਂ ਦਾ ਨਾਮ ਹੈ ਮਲਕੀਤ ਕੌਰ ਉਹਨਾਂ ਦਾ ਕਮੈਂਟ ਮੈਂ ਉੱਪਰ ਪਿੰਨ ਵੀ ਕੀਤਾ ਹੋਇਆ ਆ ਉਹਨਾਂ ਨੇ ਵੀ ਕਿਹਾ ਦੀਦੀ ਜੀ ਡਿਜ਼ਾਈਨ ਬਹੁਤ ਸੋਹਣਾ ਆ ਤੇ ਤੁਸੀਂ ਬੱਚਿਆਂ ਦੀ ਕੋਟੀ ਦਾ ਡਿਜ਼ਾਈਨ ਬਣਾਓ ਤੇ ਉਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਉਹਨਾਂ ਨੇ ਮੇਰੀ ਵੀਡੀਓ ਤੇ ਕਮੈਂਟ ਕੀਤਾ ਅੱਗੇ ਤੋਂ ਵੀ ਤੁਸੀਂ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਮੈਂ ਤੁਹਾਡੀ ਬਹੁਤ ਹੀ ਧੰਨਵਾਦੀ ਹੋਵਾਂਗੀ ਤੇ ਇਹ ਡਿਜ਼ਾਈਨ ਜਿਹੜਾ ਇਸ ਨੂੰ ਵੀ ਤੁਸੀਂ ਬੱਚਿਆਂ ਦੀ ਕੋਟੀ ਤੇ ਪਾ ਸਕਦੇ ਜੇ ਲੇਡੀਜ਼ ਕੋਟੀ ਤੇ ਵੀ ਪਾ ਸਕਦੇ ਜੇ ਵੇਖੋ ਕਿੰਨਾ ਪਿਆਰਾ ਡਿਜ਼ਾਈਨ ਆ ਤੇ ਜੇਕਰ ਤੁਹਾਨੂੰ ਡਿਜ਼ਾਈਨ ਪਸੰਦ ਆਇਆ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਅਗਲੀ ਵੀ ਇਸ ਵੀਡੀਓ ਦੇ ਵਿੱਚ ਵੀ ਵੱਧ ਤੋਂ ਵੱਧ ਕਮੈਂਟ ਕਰਿਓ ਹੁਣ ਮਿਲਦੇ ਹਾਂ ਅਸੀਂ ਇਦਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਧੰਨਵਾਦ